ਤਾں ਦਸਤੂਰ ਹੋ ਗਿਆ ਸੋਹਣੀਆਂ ਨਾਲ ਦਾ ਇਹ ਗਲਦਾਨੀ ਕਰਮਾਂ ਦੀ ਕੁੜੀ ਨੇ ਸੱਧਾਂ ਜਾਂ ਉਹਦੇ ਚਾਚੇ ਤਾਇਆ ਨੇ ਸਦਵਾਇਆ ਕਿ ਤੂੰ ਉਹਨੂੰ ਸੱਦ ਜਾਂ ਸ਼ਾਇਦ ਮੁੰਜਾ ਦਾ ਉਹਨੇ ਫੋਨ ਬੁਆਨ ਕਰਦਾ ਕੁੜੀ ਨੂੰ ਫੜ ਲਿਆ ਠੀਕ ਹੈ ਤਾਂ ਉਹਨਾਂ ਨੇ ਸਦਵਾਇਆ ਬਾਈ ਮਗਨਾ ਮੁੰਡਾ 18 ਸਾਲਾ ਦਾ ਮੁੰਡਾ ਤੁਸੀਂ ਯਾਰ ਕਿੱਡੇ ਤਗੜੇ ਯਾਰ ਬਦਮਾਸ਼ ਜੇ ਯਾਰ ਘਰ ਤੇ ਮੈਨੂੰ ਲਾਣਤਾ ਪਾਉਣੀਆਂ ਚਾਹੀਦੀਆਂ ਦਿਨ ਚਹੀ ਤੂੰ ਆ ਹਸਤਾ ਜੇ ਤੈਨੂੰ ਗੁੱਸਾ ਲੱਗੇ ਤੇ ਮੇਰਾ ਵੀ ਜਦੋਂ ਮਰਜ਼ੀ ਆ ਕੇ ਮੇਰੀ ਇੱਕ ਜੀ ਮੱਝ ਲੈ ਇਹ ਆ ਜਿਹੜਾ ਬੱਚਾ ਮਾਰ ਦਿੱਤਾ ਜੋ ਇਹਦਾ ਵਿਚਾਰੇ ਦਾ નિર્ਦੋਸ਼ ਦਾ ਕੀ قصور ਸੀ ਇਹ ਬੱਚੇ ਨੂੰ ਤੇ ਹਰ ਕੋਈ ਮਾਰ ਸਕਦਾ ਸੀ ਪਰ ਤੁਸੀਂ ਆਪਣੀ ਕੁੜੀ ਵੀ ਨਾਲ ਮਾਰ ਦਿਓ ਫਿਰ ਤੁਹਾਡੀ ਬਾਦਰੀ ਸੀ ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਲਿਮਟਡ ਗਿਆਨ ਤੇ ਮੈਂ ਕੁਲਵਿੰਦਰ ਸਿੰਘ ਇਸ ਵੇਲੇ ਸੋਸ਼ਲ ਮੀਡੀਆ ਤੇ ਕੁਝ ਪੋਸਟਾਂ ਕੁਝ ਵੀਡੀਓਜ਼ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ ਜੋ ਕਿ ਇੱਕ ਮੁੰਡੇ ਗੁਰਚਰਨ ਸਿੰਘ ਦੀਆਂ ਨੇ ਜਿਸ ਦਾ ਕੀ ਕਤਲ ਹੋ ਗਿਆ ਜਿਸ ਦੀ ਉਮਰ 18 ਸਾਲ ਦੱਸੀ ਜਾ ਰਹੀ ਹੈ। ਦੋਸਤੋ ਸਾਹਮਣੇ ਆਈ ਜਾਣਕਾਰੀ ਦੇ ਅਨੁਸਾਰ ਗੁਰਚਰਨ ਸਿੰਘ ਜਿਸ ਦੀ ਉਮਰ 18 ਸਾਲ ਸੀ ਜਿਸ ਦਾ ਆਪਣੇ ਪਿੰਡ ਦੇ ਨੇੜਲੇ ਹੀ ਪਿੰਡ ਦੀ ਇੱਕ ਕੁੜੀ ਦੇ ਨਾਲ ਪ੍ਰੇਮ ਸਬੰਧਤ ਸਨ ਜਿਸ ਦੇ ਉੱਪਰ ਕੀ ਕੁੜੀ ਦੇ ਚਾਚੇ ਅਤੇ ਉਸਦੇ ਪਰਿਵਾਰ ਨੂੰ ਇਤਰਾਜ਼ ਸੀ ਅਤੇ ਕਾਫੀ ਵਾਰ ਉਹਨਾਂ ਨੇ ਇਸ ਮੁੰਡੇ ਨੂੰ ਇਹ ਧਮਕੀ ਦਿੱਤੀ ਸੀ ਕਿ ਜੇਕਰ ਉਹ ਉਹਨਾਂ ਦੇ ਪਿੰਡ ਦੇ ਵਿੱਚ ਦਿਖਾਈ ਦਿੱਤਾ ਤਾਂ ਉਸ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ ਜਿਸ ਕਰਕੇ ਇਹ ਮੁੰਡਾ ਉੱਥੇ ਨਹੀਂ ਜਾਂਦਾ ਸੀ ਅਤੇ ਦੋਸਤੋ ਖਬਰ ਸਾਹਮਣੇ ਆਈ ਹੈ ਕਿ ਉਸ ਕੁੜੀ ਵੱਲੋਂ ਬਾਰ-ਬਾਰ ਫੋਨ ਕਰਕੇ ਇਸ ਮੁੰਡੇ ਨੂੰ ਬੁਲਾਇਆ ਜਾਂਦਾ ਸੀ ਤੇ ਇੱਥੋਂ ਤੱਕ ਕਿ ਇਸ ਮੁੰਡੇ ਨੂੰ ਇਹ ਵੀ ਕਿਹਾ ਜਾਂਦਾ ਸੀ ਕਿ ਜੇਕਰ ਉਹ ਨਾ ਆਇਆ ਤਾਂ ਉਹ ਸੁਸਾਇਸਾਈਡ ਕਰ ਲਵੇਗੀ ਤੇ ਦੋਸਤੋ ਉੱਥੇ ਹੀ ਇਹ ਖਬਰ ਸਾਹਮਣੇ ਆਈ ਹੈ ਕਿ ਬੀਤੇ ਦਿਨੀ ਜਦੋਂ ਉਸ ਕੁੜੀ ਨੇ ਇੱਕ ਵਾਰ ਫਿਰ ਤੋਂ ਇਸ ਮੁੰਡੇ ਨੂੰ ਫੋਨ ਕੀਤਾ ਤਾਂ ਕਾਫੀ ਜ਼ਿਆਦਾ ਦਬਾਅ ਪਾਇਆ ਕਿ ਉਹ ਅੱਜ ਹੀ ਸੁਸਾਇਸਾਈਡ ਕਰ ਲਵੇਗੀ ਜੇਕਰ ਉਹ ਨਾ ਆਇਆ ਤੇ ਜਦੋਂ ਉਹ ਮੁੰਡਾ ਉੱਥੇ ਪਹੁੰਚਿਆ ਤਾਂ ਉਸ ਕੁੜੀ ਦੇ ਚਾਚੇ ਅਤੇ ਉਸਦੇ ਪਿਤਾ ਵੱਲੋਂ ਇਸ ਮੁੰਡੇ ਨੂੰ ਕਰੰਟ ਲਗਾ ਕੇ ਕਤਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਉਸ ਦੀ Laash ਨੂੰ ਖੇਤਾਂ ਦੇ ਵਿੱਚ ਸੁੱਟ ਦਿੱਤਾ ਗਿਆ ਤੇ ਦੋਸਤੋ ਜਦੋਂ ਮੁੰਡੇ ਦੇ ਪਰਿਵਾਰ ਨੇ ਭਾਲ ਕੀਤੀ ਤਾਂ ਕੁੜੀ ਵਾਲਿਆਂ ਨੇ ਕੋਈ ਵੀ ਉਗ ਸੁਗ ਮੁੰਡੇ ਬਾਰੇ ਨਾ ਦਿੱਤੀ ਸਕੋ ਉਹਨਾਂ ਦੇ ਨਾਲ ਹੀ ਮੁੰਡੇ ਨੂੰ ਲੱਭਦੇ ਰਹੇ ਜਿਸ ਦੀ Laash ਕਿ ਫਿਰ ਖੇਤਾਂ ਦੇ ਵਿੱਚੋਂ ਮਿਲੀ ਹੈ ਤੇ ਦੋਸਤੋ ਇਹ ਵੀ ਖਬਰ ਸਾਹਮਣੇ ਆਈ ਹੈ ਕਿ ਇਹ ਨੌਜਵਾਨ ਜਿਸ ਦੀ ਉਮਰ 18 ਸਾਲ ਹੈ ਜਿਸ ਦਾ ਨਾਮ ਗੁਰਚਰਨ ਸਿੰਘ ਹੈ ਇਹ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ ਜਿਸ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਜਿਸ ਕਰਕੇ ਕਿ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਇਸ ਮੁੰਡੇ ਦੀਆਂ ਕਾਫੀ ਪੋਸਟਾਂ ਵਾਇਰਲ ਹੋ ਰਹੀਆਂ ਨੇ ਉੱਥੇ ਹੀ ਉਸ ਕੁੜੀ ਦੇ ਪਿਤਾ ਤੇ ਉਸਦੇ ਚਾਚੇ ਦੀਆਂ ਵੀ ਫੋਟੋਆਂ ਵਾਇਰਲ ਹੋ ਰਹੀਆਂ ਨੇ ਤੇ ਨਾਲ ਉਸ ਕੁੜੀ ਦੀਆਂ ਫੋਟੋਆਂ ਵੀ ਵਾਇਰਲ ਹੋ ਰਹੀਆਂ ਨੇ ਤੇ ਦੋਸਤੋ ਇਹ ਵੀ ਖਬਰ ਸਾਹਮਣੇ ਆਈ ਹੈ ਕਿ ਮੁੰਡਾ ਤੇ ਕੁੜੀ ਦੋਵੇਂ ਇੱਕ ਹੀ ਸਕੂਲ ਦੇ ਵਿੱਚ ਇਕੱਠੇ ਪੜ੍ਹਦੇ ਸਨ ਜਿੱਤੋਂ ਕਿ ਇਹਨਾਂ ਦਾ ਪ੍ਰੇਮ ਪ੍ਰਸੰਗ ਸ਼ੁਰੂ ਹੋਇਆ ਜੋ ਕਿ ਮੁੰਡੇ ਦੇ ਕਤਲ ਦੀ ਵਜ੍ਹਾ ਬਣੀ ਤੇ ਦੋਸਤੋ ਇਹੋ ਜੋ ਖਬਰ ਸਾਹਮਣੇ ਆਈ ਹੈ ਉਸ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਤੁਹਾਡੇ ਕੀ ਵਿਚਾਰ ਨੇ ਤੁਹਾਨੂੰ ਕੀ ਲੱਗਦਾ ਹੈ ਕੀ ਇਸ ਤਰ੍ਹਾਂ ਦਾ ਜੋ ਘਟਨਾ ਨੂੰ ਅੰਜਾਮ ਦਿੱਤਾ ਗਿਆ ਉਸ ਦੇ ਵਿੱਚ ਕਿਸ ਦੀ ਗਲਤੀ ਹੈ ਤੁਸੀਂ ਕਿਹੜੇ ਪੱਖ ਨੂੰ ਗਲਤ ਸਮਝਦੇ ਹੋ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝੇ ਕਰਕੇ ਜਾਣਾ ਜੋ ਇਸ ਤਰ੍ਹਾਂ ਦੀ ਘਟਨਾ ਸਾਹਮਣੇ ਆਈ ਹੈ ਉਥੇ ਦੋਸਤੋ ਇਸ ਮੁੰਡੇ ਦੇ ਹੱਕ ਦੇ ਵਿੱਚ ਕੁਝ ਵੀਡੀਓਜ਼ ਵੀ ਸਾਹਮਣੇ ਆਈਆਂ ਨੇ ਜਿਨ੍ਹਾਂ ਵੱਲੋਂ ਕੁੜੀ ਵਾਲਿਆਂ ਨੂੰ ਕਾਫੀ ਜ਼ਿਆਦਾ ਲਾਂਤਾਂ ਵੀ ਪੈਂਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਤੇ ਦੋਸਤੋ ਇਹ ਵੀ ਖਬਰ ਸਾਹਮਣੇ ਆਈ ਹੈ ਕਿ ਇਹ ਮੁੰਡਾ ਜੋ ਕਿ ਆਪਣੇ ਪਰਿਵਾਰ ਦਾ ਇੱਕੋ ਇੱਕ ਸਹਾਰਾ ਸੀ ਜਿਸ ਦੇ ਕਿ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਤੇ ਜੋ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ ਇਸ ਦੀ ਮੌਤ ਦੇ ਨਾਲ ਪੂਰੇ ਇਲਾਕੇ ਦੇ ਵਿੱਚ ਕਾਫੀ ਜ਼ਿਆਦੇ ਸੋਗ ਦੀ ਲਹਿਰ ਫੈਲ ਗਈ ਹੈ ਤੇ ਲੋਕ ਇਸ ਮੁੰਡੇ ਦੀ ਮੌਤ ਤੇ ਕਾਫੀ ਜ਼ਿਆਦੇ ਅਫਸੋਸ ਪ੍ਰਗਟਾ ਰਹੇ ਨੇ ਉੱਥੇ ਹੀ ਕੁੜੀ ਵਾਲਿਆਂ ਨੂੰ ਵੀ ਲਾਂਤਾਂ ਪਾਈਆਂ ਜਾ ਰਹੀਆਂ ਨੇ ਕਿ ਜੇਕਰ ਮੁੰਡੇ ਦੀ ਕੋਈ ਗਲਤੀ ਸੀ ਤੇ ਜਿੰਨੀ ਉਸ ਦੀ ਉਮਰ ਹੈ ਜਿਸ ਤਰ੍ਹਾਂ ਦਾ ਉਹਦਾ ਸਰੀਰ ਜਾਂ ਉਸਦਾ ਡੀਡੋਲ ਦਿਖਾਈ ਦੇ ਰਿਹਾ ਉਸ ਨੂੰ ਸਮਝ ਆਇਆ ਵੀ ਜਾ ਸਕਦਾ ਸੀ ਜਾਂ ਫਿਰ ਜੇਕਰ ਉਹ ਕੁੜੀ ਵੱਲੋਂ ਇਸ ਮੁੰਡੇ ਨੂੰ ਬੁਲਾਇਆ ਵੀ ਗਿਆ ਸੀ ਤਾਂ ਉਸ ਮੁੰਡੇ ਵੱਲੋਂ ਜੋ ਵੀ ਇਸ ਕਦਮ ਨੂੰ ਪੁੱਟਿਆ ਗਿਆ ਉਸ ਨੂੰ ਹੋਰ ਤਰੀਕੇ ਦੇ ਨਾਲ ਵੀ ਉਹ ਹੈਂਡਲ ਕਰ ਸਕਦੇ ਸਨ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਉਹ ਤੁਸੀਂ ਆਪਣੇ ਵਿਚਾਰ ਕਮੈਂਟਾਂ 'ਚ ਜਰੂਰ ਸਾਂਝੇ ਕਰਕੇ ਜਾਣਾ ਤੇ ਹੁਣ ਤੁਹਾਨੂੰ ਲੈ ਚਲਦੇ ਹਾਂ ਸਾਹਮਣੇ ਆਈਆਂ ਕੁਝ ਖਾਸ ਵੀਡੀਓਜ਼ ਵੱਲ ਜਿੱਥੇ ਕਿ ਇਸ ਸਾਰੇ ਘਟਨਾਵਾਂ ਦੇ ਬਾਰੇ ਕੁਝ ਵੱਡੇ ਖੁਲਾਸੇ ਕੀਤੇ ਗਏ ਨੇ ਇਸ ਤਰ੍ਹਾਂ ਤੇ ਹੋਰ ਤਾਜ਼ਾ ਖਬਰਾਂ ਦੇ ਲਈ ਹੁਣ ਵੀਡੀਓ ਦੇ ਥੱਲੇ ਦਿਖ ਰੇ ਰੈੱਡ ਕਲਰ ਦੇ ਸਬਸਕ੍ਰਾਈਬ ਬਟਨ ਤੋਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਹੀ ਕਰ ਸਕਦੇ ਹੋ ਤੇ ਨੋਟੀਫਿਕੇਸ਼ਨ ਵਾਲ ਤੇ ਕਲਿੱਕ ਕਰਕੇ ਆਲ ਤੇ ਸਿਲੈਕਟ ਕਰਨਾ ਨਾ ਭੁੱਲਣਾ ਤਾਂ ਕਿ ਹਰ ਇੱਕ ਨਵਾਂ ਵੀਡੀਓ ਹਰ ਇੱਕ ਤਾਜ਼ਾ ਖਬਰ ਤੁਹਾਡੇ ਤੱਕ ਪਹੁੰਚ ਸਕੇ ਸਭ ਤੋਂ ਪਹਿਲਾਂ ਸੋ ਆਪ ਹੁਣ ਤੁਹਾਨੂੰ ਲੈ ਚੱਲਦੇ ਹਾਂ ਇਹਨਾਂ ਵਾਇਰਲ ਹੋ ਰਹੀਆਂ ਵੀਡੀਓਜ਼ ਵੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਵੀਰ ਮੈਂ ਇੱਕ ਗੱਲ ਕਰਨਾ ਚਾਹੁੰਨਾ ਕੱਲ ਦਾ ਮੇਰਾ ਵੀਰ ਮੁੱਦਾ ਬੜਾ ਪੜ ਗਿਆ ਉਹ ਜਿਹੜਾ ਮਨਰੀਏ ਦਾ ਮੁੰਡਾ ਗੁਰਚਰਨ ਸਿੰਘ ਭਾਈ ਉਹਨੂੰ ਕੁੜੀ ਨੇ ਪਹਿਲਾਂ ਜ਼ਬਰਦਸਤੀ ਸੱਜਿਆ ਠੀਕ ਆ ਬਾਈ ਕੁੜੀ ਨੇ ਬਈ ਮੰਨੂ ਹਣ ਇਹ ਗੱਲ ਦਾ ਨਹੀਂ ਕਰਵਾਉਂ ਕਿ ਕੁੜੀ ਨੇ ਸੱਜਿਆ ਆ ਉਹਦੇ ਚਾਚੇ ਤਾਇਆ ਨੇ ਸਦਵਾਇਆ ਕਿ ਤੂੰ ਉਹਨੂੰ ਸੱਦ ਜਾਂ ਸ਼ਾਇਦ ਮੁੰਜਾਦਾ ਉਹਨੇ ਫੋਨ ਬੁਆਨ ਕਰਦਾ ਕੁੜੀ ਨੂੰ ਫੜ ਲਿਆ ਠੀਕ ਆ ਤਾਂ ਉਹਨਾਂ ਨੇ ਸਦਵਾਇਆ ਬਾਈ ਬਗਾਨਾ ਮੁੰਡਾ 18 ਸਾਲਾ ਦਾ ਮੁੰਡਾ ਤੁਸੀਂ ਯਾਰ ਕਿੱਡੇ ਤਗੜੇ ਯਾਰ ਬਦਮਾਸ਼ ਜੇ ਯਾਰ ਘਰ ਤੇ ਮੈਨੂੰ ਲਾਣਤਾ ਪਾਉਣੀਆਂ ਚਾਹੀਦੀਆਂ ਜਨਚਈ ਤੂੰ ਆ ਹਸਦਾ ਜੇ ਤੈਨੂੰ ਗੁੱਸਾ ਲੱਗੇ ਤੇ ਮੇਰਾ ਵੀ ਜਦੋਂ ਮਰਜ਼ੀ ਆ ਕੇ ਮੇਰੀ ਇੱਕ ਵਾਰੀ ਵੱਜਣੀ ਮੈਂ ਤੈਨੂੰ ਜਾਣਦਾ ਉਹੀ ਯਾਰ ਬਗਾਨਾ ਤੂੰ ਹੀ ਮੁੰਡਾ ਮਰਵਾ ਕੇ ਧਰਤਾ ਯਾਰ ਤੁਸੀਂ ਕਮਾਲ ਆ ਟਾਡੇ ਵਾਲੀ ਯਾਰ 18 ਸਾਲਾਂ ਦਾ ਮੁੰਡਾ ਯਾਰ ਤੁਸੀਂ ਜਾਂ ਤੇ ਆਪਣੀ ਕੁੜੀ ਨੂੰ ਨਾਲ ਤੁਸੀਂ ਵੜ ਦੇ ਫੇਰ ਤੁਹਾਨੂੰ ਅਸੀਂ ਮੰਨਦੇ ਤੁਸੀਂ ਯਾਰ ਅਗਲੇ ਦਾ ਮੁੰਡਾ ਚਾਰਾਂ ਭੈਣਾਂ ਦਾ ਇਕੱਲਾ ਭਰਾ ਆ ਉਹਨਾਂ ਹੁਣ ਕੀਤੇ ਗੁੱਟਵਾਲ ਦੇਖਣਾ ਚਾਰਾਂ ਭੈਣਾਂ ਦਾ ਉਹਦਾ ਪਿਓ ਹੈ ਨਹੀਂ ਆ ਸਿਰ ਤੇ ਠੀਕ ਆ ਨਾ ਉਹਦੇ ਪਰਿਵਾਰ ਦੀ ਸਾਰੀ ਉਮਰ ਦੀ ਜ਼ਿੰਮੇਵਾਰੀ ਲੈਣਾ ਆ ਤੂੰ ਲੈਣਾ ਹੈ ਸਾਰੀ ਉਮਰ ਦੀ ਜ਼ਿੰਮੇਵਾਰੀ ਮੈਂ ਨਾ ਲੱਖ ਲਣਤ ਹੈ ਉਹਦੀ ਠੱਡੀ ਧੀ ਜੰਮਰ ਤੇ ਜਿੰਨੇ ਮੁੰਡੇ ਨੂੰ ਭੈਣ ਤੋਂ ਬਲੈਕਮੇਲ ਕਰ ਕਰ ਸਦੰਡੀ ਕਿ ਮੈਂ ਆਤਮ ਹੱਤਿਆ ਕਰ ਲੈਣੀ ਉਹ ਦੌਰ ਫਿਟੇ ਲਾ ਤੇ ਤੁਹਾਡੇ ਤੇ ਜੇ ਮੁੰਡਾ ਆ ਹੀ ਗਿਆ ਸੀ ਚਲੋ 2-4 ਚਪੇੜਾਂ ਮਾਰਦੇ ਉਹਨੂੰ ਉੱਥੇ ਬੰਨ੍ਹ ਲੈਨੇ ਉਹਦੇ ਸਾਦੇ ਉਹਦੇ ਘਰਦਿਆਂ ਨੂੰ ਨਸੀਤਾ ਪਾਉਂਦੇਂਗੇ ਤੁਹਾਡੇ ਮੁੰਡੇ ਨੇ ਆਹ ਕੰਮ ਕੀਤਾ ਰੇ ਤੁਸੀਂ ਇੱਕ ਵਾਰ ਵੀ ਉਹਦੇ ਘਰਦਿਆਂ ਨੂੰ ਧਲਾ ਕੀਤੀ ਨਹੀਂ ਨਾ ਕੀਤੀ ਯਾਰ ਤੁਹਾਨੂੰ ਕਿਹੜੇ ਪਾਸੋਂ ਕੋਈ ਸਿਆਣਾ ਮੰਨੂਗਾ ਭਾਈ ਮੈਂ ਤੈਨੂੰ ਇੱਕ ਹੀ ਗੱਲ ਦੱਸਣਾ ਤੂੰ ਹੀ ਬਗਾਨਾ ਮੁੰਡਾ ਤੇ ਮਰਵਾਤਾ ਆ ਮੈਂ ਇੱਕ ਹੀ ਗੱਲ ਕਹਿਣਾ ਚਾਹੁੰਦਾ ਵੀਰ ਠੀਕ ਹੈ ਨਾ ਜਿੱਦਣ ਕੋਈ ਤੁਹਾਡੇ ਪਰਿਵਾਰ ਦਾ ਬੰਦਾ ਕਿਤੇ ਸਿੱਟੀਆਂ ਵਾਹ ਮੈਂ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਆ ਜਿਹੜਾ ਬੱਚਾ ਮਾਰ ਦਿੱਤਾ ਜੋ ਇਹਦਾ ਵਿਚਾਰੇ ਦਾ ਨਿਰਦੋਸ਼ ਦਾ ਕੀ ਕਸ਼ੂਰ ਸੀ ਇਹ ਬੱਚੇ ਨੂੰ ਤੇ ਹਰ ਕੋਈ ਮਾਰ ਸਕਦਾ ਸੀ ਪਰ ਤੁਸੀਂ ਆਪਣੀ ਕੁੜੀ ਵੀ ਨਾਲ ਮਾਰਦੇ ਹੋ ਫਿਰ ਤੁਹਾਡੀ ਬਾਦਰੀ ਸੀ ਜੇ ਕੁੜੀ ਤੁਹਾਡੀ ਨੂੰ ਯਾਰ ਦੂਜੇ ਮਿਲ ਗਏ ਤਾਂ ਉਹਨਾਂ ਨੂੰ ਵੀ ਮਾਰੋਗੇ ਕੀ ਕੋਈ ਤਗੜਾ ਯਾਰ ਮਿਲ ਗਿਆ ਫਿਰ ਕੀ ਕਰੋਗੇ ਫਿਰ ਕਿ ਯਾਹ ਤੇ ਫਿਰ ਸਾੜੇ ਹੋਰ ਦਾ ਵਿਆਹ ਦੇਂਦੇ ਉਹਨੂੰ ਹੈ ਇਹ ਤੁਹਾਡੀ ਬਹੁਤ ਗਲਤ ਗੱਲ ਹੈ ਅਜੇ ਤੁਹਾਡਾ ਕੱਲ ਨੂੰ ਬੱਚਾ ਕੋਈ ਮਰ ਗਿਆ ਫਿਰ ਕੀ ਕਰੋਗੇ ਯਾਦ ਆਉ ਤੁਹਾਨੂੰ ਇਹ ਬੱਚੇ ਦੀ ਕਿ ਨਾ ਆਉਗੀ ਇਹ ਬੱਚੇ ਦਾ ਕੀ ਕਸੂਰ ਸੀ ਮੈਨੂੰ ਦੱਸੋ ਇਹ ਬੱਚੇ ਨੇ ਤੁਹਾਡਾ ਕੀ ਵਿਗਾੜਿਆ ਸੀ ਜਦੋਂ ਤੁਹਾਡੀ ਕੁੜੀ ਹੀ ਗਲਤ ਸੀ ਤੇ ਫਿਰ ਹੀ ਤੇ ਬੱਚਾ ਆਇਆ ਅੱਜ ਤੋਂ ਉਹਨੇ ਫੋਨ ਕੀਤਾ ਨਹੀਂ ਤੇ ਲੜਕਾ ਕਿਸ ਦੇ ਪਿੱਛੇ ਲੜਕੀ ਦੇ ਨਹੀਂ ਆ ਸਕਦਾ ਅਗਰ ਲੜਕੀ ਚੰਗੀ ਹੋਵੇ ਤੇ ਤੁਹਾਡੀ ਲੜਕੀ ਹੀ ਗਲਤ ਸੀ ਵੀਰ ਤੇ ਤੁਸੀਂ ਬੱਚੇ ਨੂੰ ਕਿਉਂ ਮਾਰਿਆ ਇਹ ਬਹੁਤ ਵੱਡੀ ਗਲਤੀ ਆ ਤੁਹਾਡੀ ਮੇਰੇ ਵੀਰੇ ਬਹੁਤ ਜ਼ਿਆਦਾ ਤੁਸੀਂ